ਮੋਹਾਲੀ ਦੇ ਫੇਜ਼ 1 ਵਿੱਚ ਇੱਕ ਵਿਅਕਤੀ ਨੂੰ ਨਸ਼ੇ ਦੇ ਕੇਸ ਵਿੱਚ ਫਸਾਉਣ ਦਾ ਮਾਮਲਾ ਸਾਹਮਣੇ ਆਇਆ। ਸੀਸੀਟੀਵੀ ਫੁਟੇਜ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਐਕਟਿਵਾ ਵਿੱਚ ਇੱਕ ਲਿਫਾਫਾ ਰੱਖਦਾ ਅਤੇ ਤੇਜ਼ੀ ਨਾਲ ਫਰਾਰ ਹੋ ਜਾਂਦਾ। ਫਿਰ ਪੁਲਿਸ 2.5 ਘੰਟੇ ਬਾਅਦ ਉੱਥੇ ਪਹੁੰਚਦੀ ਹੈ। CIA ਸਟਾਫ ਦੀ ਪੁਲਿਸ ਨੇ ਵਿਅਕਤੀ ਦੀ ਐਕਟਿਵਾ ਵਿੱਚੋਂ ਨਸ਼ੀਲੇ ਕੈਪਸੂਲ ਬਰਾਮਦ ਕੀਤੇ ਜਾਂਦੇ ਨੇ ਅਤੇ ਐਕਟਿਵਾ ਮਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਐਕਟਿਵਾ ਮਾਲਕ ਪ੍ਰਿੰਸ ਦੀ ਖੁਸ਼ਕਿਸਮਤੀ ਇਹ ਰਹੀ ਕਿ ਗੁਆਂਢੀ ਦੇ ਘਰ ਲੱਗੇ CCTV ਤੋਂ ਇਹ ਸਾਰੀ ਘਟਨਾ ਸਾਫ਼ ਹੋ ਗਈ। ਘਟਨਾ ਸਾਫ਼ ਹੋਣ ਤੋਂ ਬਾਅਦ ਉਸਨੂੰ ਛੱਡ ਦਿੱਤਾ ਗਿਆ। ਉਧਰ ਸਾਰਾ ਮਾਮਲਾ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਣ ਤੇ ਹੁਣ ਉਹ ਨਸ਼ਾ ਰੱਖਣ ਵਾਲੇ ਵਿਅਕਤੀ ਨੂੰ ਜਲਦ ਗ੍ਰਿਫਤਾਰ ਕਰਨ ਦੀ ਗੱਲ। 800 ਨਸ਼ੀਲੇ ਕੈਪਸੂਲ ਰੱਖ ਕੇ ਚਲਾ ਜਾਂਦਾ ਹੈ ਔਰ ਸਵੇਰੇ ਸਵੇਰੇ ਤਕਰੀਬਨ 6 ਵਜੇ 5:30 ਵਜੇ CIA ਖੈੜ ਆਉਂਦੀ ਹੈ। ਆ ਕੇ ਮੈਨੂੰ ਮੇਰੇ ਦਰਵਾਜ਼ੇ ਨੂੰ ਲੌਕ ਕਰਦੀ ਹੈ। ਲੌਕ ਕਰਨ ਤੋਂ ਬਾਅਦ ਮੈਨੂੰ ਉਠਾਉਂਦੇ ਨੇ, ਉਠਾ ਕੇ ਮੈਨੂੰ ਕਹਿੰਦੇ ਜੀ ਕੱਪੜੇ ਚੇਂਜ ਕਰੋ, ਕੱਪੜੇ ਚੇਂਜ ਕਰਕੇ ਐਕਟਿਵਾ ਖੋਲੋ। ਐਕਟਿਵਾ ਖੋਲਦੇ ਤਾਂ ਐਕਟਿਵਾ ਖੋਲਦੇ ਹੀ ਡਿੱਗੀ ਦੇ ਵਿੱਚ 800 ਨਸ਼ੀਲੇ ਕੈਪਸੂਲ ਮੇਰੇ ਡਿੱਗੀ 'ਚੋਂ ਬਰਾਮਦ ਹੁੰਦੇ। ਮੇਰੀ ਕਾਰਵਾਈ ਇਹ ਵੀ ਮੈਂ ਇਹ ਚਾਹੁੰਦਾ ਵੀ CIA ਸਟਾਫ ਤੋਂ ਔਰ ਆਪਣੇ ਸਰਕਾਰ ਤੋਂ ਵੀ ਇਹ ਜਿਹੜੇ ਬੰਦੇ ਨੇ ਸਮਾਨ ਰੱਖਿਆ ਹੈ ਇਹਨੂੰ ਜਲਦੀ ਜਲਦੀ ਅਰੈਸਟ ਕੀਤਾ ਜਾਵੇ ਅਤੇ ਇਸ ਸੰਬੰਧੀ ਮੈਂ ਸੋਮਵਾਰ ਨੂੰ SSP ਨੂੰ ਜ਼ਰੂਰ ਮਿਲਾਂਗਾ। ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਟਰ ਅਤੇ ਐਸ ਪਰ ਲੋਅ ਜੋ ਵੀ ਬੰਦਾ